ਦੇ ਮੇਰੇ ਨਾਲ ਪ੍ਰੋਫੈਸਰ ਆਸ਼ੀਸ਼ ਜਾਨ ਨੇ ਪ੍ਰੋਫੈਸਰ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਇੱਕ ਕੈਮੀਕਲ ਦੀ ਇਹ ਕੀ ਕੈਮੀਕਲ ਹੈ ਤੇ ਕੀ ਸਟੱਡੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਨੇ ਕੀਤੀ ਹੈ ਹਾਂਜੀ ਆ ਜਿਹੜਾ ਕੈਮੀਕਲ ਹੈ ਇਸ ਕੈਮੀਕਲ ਦਾ ਨਾਂ ਹੈ ক্লোਰ ਹੈਕਸੀਡਿਨ ক্লোਰ ਹੈਕਸੀਡਿਨ ਕੈਮੀਕਲ ਇਸ ਵਨ ਆਫ ਦਾ ਮੋਸਟ ਕਾਮਨਲੀ ਯੂਜ਼ਡ ਕੈਮੀਕਲ ਐਜ਼ ਅ ਮਾਊਥ ਵਾਸ਼ ਇਨ ਆਵਰ ਕੰਟਰੀ ਸਭ ਤੋਂ ਜ਼ਿਆਦਾ ਯੂਜ਼ ਹੁੰਦਾ ਹੈ 70 80% ਮਾਊਥ ਵਾਸ਼ ਜਿਹੜੇ ਪ੍ਰਿਸਕ੍ਰਾਈਬ ਹੁੰਦੇ ਨੇ ਔਰ ਉਹ ਕਲੋਰ ਹੈਕਸਾਡਿਨ ਕੰਟੇਨ ਕਰਦੇ ਨੇ ਦੋ ਕਨਸੈਂਟਰੇਸ਼ਨ ਚ ਹੁੰਦਾ 0.2% ਐਂਡ 0.12% ਹੁਣ ਸਾਡੇ ਨਾਲ ਸਭ ਤੋਂ ਵੱਡੀ ਸਮੱਸਿਆ ਡੈਂਟਿਸਟ ਨਾਲ ਆ ਸੀਗੀ ਕਿ ਡੈਂਟਿਸਟ ਨੇ ਤਾਂ ਕੰਮ ਪੇਸ਼ੈਂਟ ਦੇ ਮੂੰਹ ਵਿੱਚ ਕਰਨਾ ਹੈ ਸਲਾਈਵਾ ਦੇ ਕੰਟੈਕਟ ਵਿੱਚ ਰਹਿਣਾ ਹੈ ਉਹਨੇ ਜਿਸ ਇਨਸਟਰੂਮੈਂਟ ਨਾਲ ਕੰਮ ਕਰਨਾ ਹੈ ਉਹਨੇ 에ਰੋਸੋਲ ਪ੍ਰੋਡਿਊਸ ਕਰਨਾ ਹੈ ਸੋ ਅਗਰ ਕੋਈ ਪੇਸ਼ੈਂਟ ਕੈਰੀਅਰ ਹੈ ਕੋਈ ਪੀਜੋਨੋਕੋਲਜੀ ਦੇ ਉੱਪਰ ਟ੍ਰੀਟਮੈਂਟ ਕਰ ਰਹੇ ਨੇ ਉਹ ਕੋਈ ਕੈਰੀਅਰ ਹੈ ਤਾਂ ਚਾਂਸਸ ਆਫ ਟ੍ਰਾਂਸਮਿਸ਼ਨ ਇਜ਼ ਵੈਰੀ ਹਾਈ ਕਿਉਂਕਿ 에ਰੋਸੋਲ ਨਾਲ ਟ੍ਰਾਂਸਮਿਟ ਹੋਏਗਾ ਤੁਸੀਂ ਸਲਾਈਵਾ ਨਾਲ ਕੰਮ ਕਰ ਰਹੇ ਹੋ ਸੋ ਹਜੇ ਤੱਕ ਸਾਡੇ ਕੋਲ ਕੋਈ ਬਹੁਤ ਜ਼ਿਆਦਾ ਇਹੋ ਜਿਹਾ ਸ਼ੋਰ ਸ਼ਾਰਟ अवेलेबिलिटी सी करिए नहींटाडिन पोविडोन आयोडीन माउथवॉश जरूर दो स्टडीज दसाया गया है कि अफेक्टिव है पर कलोरहैक्सीडीन के बारे हजे बहुत कन्फर्मेटरी न्यूज नहीं सो so, कोई कमर्शियल सैंपल हजे टेस्ट नहीं किया असी प्योर कैमिकल कलोरहैक्सीडीन 0.2 ਤੇ 0.12% ਕਨਸੈਂਟ੍ਰੇਸ਼ਨ ਵਿੱਚ ਅਸੀਂ ਉਹਨੂੰ ਹਜੇ ਲੈਬ ਵਿੱਚ ਟੈਸਟ ਕੀਤਾ ਕਿ ਉਹਦਾ ਕੋਰੋਨਾ ਵਾਇਰਸ ਤੇ ਕੀ ਇਫੈਕਟ ਹੈ ਤੇ ਸਾਨੂੰ ਆ ਪਤਾ ਲੱਗਿਆ ਹੈ ਕਿ ਜੇਕਰ ਆਹ ਕੈਮੀਕਲ 30 ਸੈਕਿੰਡ ਓਨਲੀ ਫਾਰ 30 ਸੈਕਿੰਡ ਕੋਰੋਨਾ ਵਾਇਰਸ ਦੇ ਯਾ ਕੋਵਿਡ ਦੇ ਕੰਟੈਕਟ ਵਿੱਚ ਰਵੇ ਫਾਰ 30 ਸੈਕਿੰਡਸ ਇਟ ਕਿਲਸ 99.99% ਆਫ ਦਾ ਵਾਇਰਸ ਬਟ ਦ ਵਰਡ ਆਫ ਕਾਸ਼ਨ ਇਸ ਕਿ ਆ ਲੈਬ ਸਟਡੀ ਹੈ ਕਲੀਨਿਕਲ ਸਟਡੀ ਨਹੀਂ ਹੈ ਹਜੇ ਸੋ ਲੈਬ ਸਟਡੀ ਤੋਂ ਸਾਨੂੰ ਇੱਕ ਰੁਝਾਨ ਤਾਂ ਮਿਲ ਸਕਦਾ ਹੈ ਇੱਕ ਆਈਡੀਆ ਤਾਂ ਹੋ ਸਕਦਾ ਹੈ ਬਟ ਵੀ ਕੈਨ ਨਾਟ ਸੇ ਫੋਰ ਸ਼ੋਰ ਕਿ ਆ ਇਸੇ ਤਰੀਕੇ ਨਾਲ ਮੂੰਚ ਵੀ ਕੰਮ ਕਰੇਗੀ ਆ ਪੇਸ਼ੈਂਟ ਵਿੱਚ ਵੀ ਕੰਮ ਕਰੇਗੀ ਉਹਦੇ ਵਾਸਤੇ ਸਾਨੂੰ ਕਲੀਨਿਕਲ ਸਟਡੀ ਕਰਨੀ ਪੈਣੀ ਹੈ ਅਸਾਂ ਜੇ ਗੱਲ ਕਰੀਏ ਜਿਸ ਤਰੀਕੇ ਨਾਲ ਕੈਮੀਕਲ ਹੈ ਆਈ ਥਿੰਕ ਬਾਜ਼ਾਰ 'ਚ ਆਮ ਤੌਰ ਤੇ ਮਿਲਦਾ ਹੈ ਤੇ ਜਿਹੜਾ ਕੈਮੀਕਲ ਤੁਸੀਂ ਯੂਜ਼ ਕੀਤੇ ਉਹ ਆਰਡੀਨਰੀ ਉਹੀ ਕੈਮੀਕਲ ਹੈ ਜਿਹੜਾ ਮਾਊਥਵਾਸ਼ ਪੈਂਦਾ ਹੈ ਬਿਲਕੁਲ ਜੋ ਕੈਮੀਕਲ ਅਸੀਂ ਯੂਜ਼ ਕੀਤਾ ਉਹ ਇਸੇਮ ਕੈਮੀਕਲ ਹੀ ਮਾਊਥਵਾਸ਼ ਬਣ ਰਹਾ ਹੈ ਕੈਮਰਾਮੈਨ ਅਸ਼ੋਕ ਸੋਨੀ ਦੇ ਨਾਲ ਬਜ਼ਮ ਵਰਮਾ ਜ਼ੀ ਮੀਡੀਆ ਚੰਡੀਗੜ੍ਹ